ਅੰਮ੍ਰਿਤਸਰ ਦੇ ਪਾਪੜ ਖਾਣੇ ਆ? ਮੈਂ ਤਾਂ ਖਾਣੇ ਆ ਜੀ। ਤੁਸੀਂ ਸਮਝ ਗਏ ਹੋਗੇ ਮੈਂ ਕਿਹਦੀ ਗੱਲ ਕਰ ਰਹੀ ਹਾਂ। ਅੰਮ੍ਰਿਤਸਰ ਦੇ ਪਾਪੜ ਖਾਣ ਲਈ ਮੈਂ ਤਾਂ ਬੜੀ ਐਕਸਾਈਟਿਡ ਹਾਂ, ਪਤਾ ਕਿਉਂ? ਕਿਉਂਕਿ ਅੱਜ ਸਿਨੇਮਾ ਘਰਾਂ 'ਚ ਰਿਲੀਜ਼ ਹੋ ਗਈ ਹੈ ਸਰਗੁਣ ਮਹਿਤਾ ਅਤੇ ਗਿੱਪੀ ਗਰੇਵਾਲ ਦੀ ਫਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ। ਜੀ ਹਾਂ, ਦੋਵੇਂ ਇਸ ਫਿਲਮ ਦੇ ਵਿੱਚ ਪਹਿਲੀ ਵਾਰ ਸਕਰੀਨ ਸ਼ੇਅਰ ਕਰਦੇ ਨਜ਼ਰ ਆ ਰਹੇ ਨੇ। ਚੰਡੀਗੜ੍ਹ ਦੀ ਸਰਗੁਣ ਮਹਿਤਾ ਅਤੇ ਅੰਮ੍ਰਿਤਸਰ ਦੇ ਨੇ ਗਿੱਪੀ ਗਰੇਵਾਲ। ਜਦੋਂ ਦੋਵੇਂ ਮਿਲਦੇ ਨੇ ਦੋਵਾਂ ਦੇ ਵਿੱਚ ਨੋਕ ਚੋਕ ਹੁੰਦੀ ਹੈ, ਲੜਾਈ ਹੁੰਦੀ ਹੈ, ਮਸਤੀ ਵੀ ਦੋਵੇਂ ਬਹੁਤ ਕਰਦੇ ਨੇ। ਵੈਲ, ਚੱਲਦੇ ਹਾਂ ਅਤੇ ਦਰਸ਼ਕਾਂ ਤੋਂ ਜਾਣਦੇ ਹਾਂ ਦੋਹਾਂ ਦਾ ਪਿਆਰ ਆਖਿਰ ਚੜ੍ਹਦਾ ਪ੍ਰਵਾਨ ਕਿ ਨਹੀਂ। ਬਹੁਤ ਵਧੀਆ ਸੀ ਜੀ। ਫਿਲਮ 'ਚ ਕੀ ਖਾਸ ਲੱਗਿਆ? ਕੁਛ ਵੀ ਨਹੀਂ ਖਾਸ, ਅੰਮ੍ਰਿਤਸਰ ਹੀ ਦਿਖਾਇਆ ਸਿਰਫ। ਫਿਲਮ ਨੂੰ ਕਿੰਨੇ ਮਾਰਕਸ ਹੋਗੇ? 8 ਆਊਟ ਆਫ 10। ਫਿਲਮ ਬਹੁਤ ਅੱਛੀ ਸੀਗੀ। ਫਿਲਮ ਕਿੱਦਾਂ ਦੀ ਲੱਗੀ? ਵਧੀਆ ਨਹੀਂ। ਇੱਥੇ ਕੋਈ ਕਾਫੀ ਸ਼ਾਪ ਆ? ਛੋਟੂ ਵੀਰਾ ਬਣ ਗਿਆ ਮੈਡਮ ਨੂੰ ਉੱਥੇ ਤੱਕ ਛੱਡਿਆ। ਆ ਫੀਲ ਨਹੀਂ ਕਿ ਮੇਰੀ ਮਾਸੀ ਦੀ ਕੁੜੀ ਲੱਗਦੀ ਆ। ਕੁੜੀ ਵੇਖੀ ਨਹੀਂ ਯਾਰ, ਨੌਕਰ ਸਮਝ ਲੈਂਦੇ ਆ। ਫਿਲਮ ਕਿੱਦਾਂ ਦੀ ਲੱਗੀ? ਗੁੱਡ, ਔਸਮ, ਫਸਟ ਕਲਾਸ। ਦੋਨੋਂ ਦੀ ਐਕਟਿੰਗ, ਦੋਨਾਂ ਦੀ ਜੋੜੀ ਜੱਚ ਰਹੀ ਸੀ। ਪਰਫੈਕਟ ਜੋੜੀ ਹੈ। ਫਿਲਮ ਕਿੱਦਾਂ ਦੀ ਲੱਗੀ ਮੈਮ? ਠੀਕ ਹੈ। ਤੁਹਾਡਾ ਕਿੱਦਾਂ ਸੁਭਾਅ ਬਣਿਆ ਜੀ ਇਧਰ ਨੂੰ ਆਉਣ ਦਾ? ਮੁੰਡਾ ਦੇਖਣ ਆਏ ਸੀ। ਕਿਉਂ? ਬਹੁਤ ਸੋਹਣੀ ਲੱਗੀ। ਦੋਨਾਂ ਦੀ ਜੋੜੀ ਪਹਿਲੀ ਵਾਰ ਇਕੱਠੇ ਨਜ਼ਰ ਆ ਰਹੇ ਨੇ ਪਰਦੇ ਤੇ, ਕਿਵੇਂ ਦੇ ਲੱਗੇ? ਹਾਂਜੀ ਹਾਂਜੀ, ਬਹੁਤ ਵਧੀਆ ਲੱਗੇ। ਫਿਲਮ 'ਚ ਕੀ ਖਾਸ ਲੱਗਿਆ? ਸਰਗੁਣ ਮਹਿਤਾ, ਓਬਵੀਅਸਲੀ ਸਰਗੁਣ ਮਹਿਤਾ ਮੇਰੀ ਬਹੁਤ ਫੇਵਰੇਟ ਆ, ਬਹੁਤ ਵਧੀਆ ਮੂਵੀ ਆ, ਆਈ ਲਵ ਇਟ। ਕਿੰਨੇ ਰੇਟ ਦੋਗੇ? 10। ਬਹੁਤ ਅੱਛੀ ਲੱਗੀ। ਇਟ ਇਜ਼ ਕਾਮੇਡੀ ਪਲੱਸ ਰੋਮਾਂਸ ਐਂਡ ਐਵਰੀਥਿੰਗ, ਵੈਰੀ। ਚੰਡੀਗੜ੍ਹ ਅੰਮ੍ਰਿਤਸਰ ਮਿਲ ਗਏ? ਹਾਂ ਮਿਲ ਗਏ। ਚੰਡੀਗੜ੍ਹ ਅੰਮ੍ਰਿਤਸਰ ਮਿਲਦੇ, ਦੋਨੋਂ 'ਚ ਨੋਕ ਚੋਕ ਵੀ ਹੁੰਦੀ ਹੈ, ਪਿਆਰ ਵੀ ਦਿਖਾਉਂਦੇ, ਸਭ ਤੋਂ ਖਾਸ ਕੀ ਲੱਗਿਆ ਤੁਹਾਨੂੰ? ਉਹਨਾਂ ਦੀ ਲੜਾਈ। ਤੁਹਾਡੇ ਚੰਡੀਗੜ੍ਹ ਦੇ ਮੁੰਡਿਆਂ ਤੋਂ 100 ਗੁਣਾ ਘੈਂਟ ਮੁੰਡੇ ਨੇ ਅੰਮ੍ਰਿਤਸਰ ਦੇ। ਤੁਹਾਨੂੰ ਇੱਕ ਲੈਂਗੁਏਜ ਤਾਂ ਠੀਕ ਤਰ੍ਹਾਂ ਬੋਲਣੀ ਨਹੀਂ ਆਉਂਦੀ। ਨੌਂਡਾ ਪਿਆ, ਸੌਂਡਾ ਪਿਆ, ਕਰੰਡਾ ਪਿਆ, ਡੱਪਿਆ, ਡੱਪਿਆ, ਡੱਪਿਆ। ਫਿਲਮ ਦਾ ਕੋਈ ਡਾਲੋ ਗਿਆ ਤਾਂ? ਨੌਂਕ ਚਬੂਤਰਾ। ਜਦ ਤੂੰ ਸਮਾਈਲ ਕਰਦੀ ਹੈ ਨਾ, ਬਹੁਤ ਸੋਹਣੀ ਲੱਗਦੀ ਹੈ। ਤੂੰ ਕਿੰਨੀਆਂ ਚੀਜ਼ਾਂ ਮੈਨੇਜ ਕਰ ਲੈਂਦਾ ਨਾ। ਸੋਚਦਾ ਕੁਛ ਹੈ, ਬੋਲਦਾ ਕੁਛ ਹੈ, ਦਿਖਾਉਂਦਾ ਕੁਛ ਹੈ, ਪਰ ਤੇਰੇ ਦਿਲ 'ਚ ਕੁਛ ਹੈ। ਮੋਰੀ ਅਮਰੇ ਦਿਲ 'ਚ ਭਰਾ ਦੇਂਗੀ ਜੀ? ਦਰਸ਼ਕਾਂ ਦੇ ਰਿਵਿਊਸ ਸੁਣ ਔਰ ਦੇਖ ਲਏ ਹੋਣਗੇ, ਦਰਸ਼ਕਾਂ ਨੂੰ ਇਹ ਫਿਲਮ ਠੀਕ ਠਾਕ ਲੱਗੀ ਹੈ। ਕਈਆਂ ਦਾ ਕਹਿਣਾ ਕਿ ਫਿਲਮ ਬਹੁਤ ਅੱਛੀ ਹੈ, ਦੋਹਾਂ ਦੀ ਐਕਟਿੰਗ ਬਹੁਤ ਅੱਛੀ ਹੈ ਅਤੇ ਦੋਵੇਂ ਇਕੱਠੇ ਪਰਦੇ 'ਤੇ ਕਾਫੀ ਧੂਮ ਮਚਾ ਰਹੇ ਨੇ। ਬਾਕੀ ਕਈਆਂ ਦਾ ਕਹਿਣਾ ਕਿ ਅੰਮ੍ਰਿਤਸਰ ਹੀ ਫਿਲਮ ਦੇ ਵਿੱਚ ਜ਼ਿਆਦਾ ਦਿਖਾਇਆ ਗਿਆ, ਕੁਝ ਖਾਸ ਨਹੀਂ ਦਿਖਾਇਆ ਗਿਆ ਫਿਲਮ ਦੇ ਵਿੱਚ। ਔਰ ਦੂਜੀ ਗੱਲ ਕਰੀਏ ਕਿ ਫਿਲਮ ਦੇ ਵਿੱਚ ਸਟਾਰ ਕਾਸਟ ਬਹੁਤ ਘੱਟ ਹੈ, ਜੋ ਕਿ ਜਿੱਥੇ ਫਿਲਮ ਥੋੜ੍ਹੀ ਜਿਹੀ ਲੈਕ ਕਰਦੀ ਹੈ। ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਫਿਲਮ ਪਰਦੇ 'ਤੇ ਕਿੰਨਾ ਕੁ ਧਮਾਲ ਮਚਾਉਂਦੀ ਹੈ। ਫਿਲਹਾਲ ਲਈ ਮੈਨੂੰ ਦੋ ਇਜਾਜ਼ਤ। ਕੈਮਰਾ ਪਰਸਨ ਦਰਸ਼ੀ ਦੇ ਨਾਲ ਸੁਮਨ ਕਵਾਤਰਾ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।